ਹੈਲੋ ਫਰੈਂਡਸ, ਪਿਛਲੇ ਲੈਕਚਰ ਦੇ ਵਿੱਚ ਆਪਾਂ ਪੜ੍ਹੇ ਸੀ ਐਂਡੋਸਪਰਮ ਦੀ ਸਟਰਕਚਰ ਬਾਰੇ, ਟਾਈਪਸ ਬਾਰੇ ਐਂਡ ਡਿਵੈਲਪਮੈਂਟ ਬਾਰੇ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਐਮਬਰੀਓ ਦੀ ਸਟਰਕਚਰ, ਟਾਈਪਸ ਐਂਡ ਡਿਵੈਲਪਮੈਂਟ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਐਮਬਰੀਓਜੈਨੀ। ਐਮਬਰੀਓਜੈਨੀ ਕੀ ਹੁੰਦੀ ਹੈ? ਇਟ ਇਜ਼ ਦ ਸਮ ਟੋਟਲ ਆਫ ਚੇਂਜਿਸ ਦੈਟ ਅਕਰ ਡਿਊਰਿੰਗ ਦ ਡਿਵੈਲਪਮੈਂਟ ਆਫ ਅ ਮੈਚੋਰ ਐਮਬਰੀਓ ਫਰੋਮ ਅ ਜ਼ਾਇਗੋਟ ਔਰ ਓਵੋਸਪੋਰ। ਐਮਬਰੀਓਜੈਨੀ, ਜੈਨੀ ਦਾ ਮਤਲਬ ਕੀ ਹੈ? ਜੈਨੀ ਦਾ ਮਤਲਬ ਹੁੰਦਾ ਡਿਵੈਲਪਮੈਂਟ ਐਮਬਰੀਓ ਦੀ। ਕਿਹਦੀ ਡਿਵੈਲਪਮੈਂਟ ਹੋਣਾ? ਐਮਬਰੀਓ ਦੀ ਡਿਵੈਲਪਮੈਂਟ ਹੋਣਾ, ਉਹਨੂੰ ਆਪਾਂ ਕੀ ਕਰਦੇ ਹਾਂ? ਐਮਬਰੀਓਜੈਨੀ ਕਹਿ ਦਿੰਦੇ ਹਾਂ। ਐਮਬਰੀਓਜੈਨੀ 'ਚ ਕੀ ਹੁੰਦਾ? ਜਿੰਨੇ ਵੀ ਚੇਂਜਿਸ ਆਉਂਦੇ ਨੇ, ਠੀਕ ਹੈ, ਕਿਹਦੇ 'ਚ ਚੇਂਜਿਸ ਆਉਂਦੇ ਨੇ? ਜਾਇਗੋਟ ਦੇ, ਐਮਬਰੀਓ ਦੇ ਵਿੱਚ ਜਿੰਨੇ ਵੀ ਚੇਂਜਿਸ ਆਉਂਦੇ ਨੇ ਡਿਵੈਲਪਮੈਂਟ ਦੇ ਟਾਈਮ, ਐਮਬਰੀਓ ਦੇ ਵਿੱਚ ਜਿੰਨੇ ਵੀ ਚੇਂਜਿਸ ਆਉਂਦੇ ਨੇ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਐਮਬਰੀਓਜੈਨੀ ਕਹਿ ਦਿੰਦੇ ਹਾਂ। ਅਤੇ ਆਪਾਂ ਨੂੰ ਪਤਾ ਹੈ ਕਿ ਐਮਬਰੀਓ ਕਿਹਦੇ ਤੋਂ ਬਣਦਾ? ਜ਼ਾਇਗੋਟ ਜਾਂ ਓਵੋਸਪੋਰ ਤੋਂ ਬਣਦਾ। ਜ਼ਾਇਗੋਟ ਨੂੰ ਆਪਾਂ ਓਵੋਸਪੋਰ ਵੀ ਕਹਿ ਦਿੰਦੇ ਹਾਂ, ਓਕੇ। ਅਤੇ ਜ਼ਾਇਗੋਟ ਤੋਂ ਐਮਬਰੀਓ ਬਣਦਾ, ਅਤੇ ਐਮਬਰੀਓ ਤੋਂ ਫਰਦਰ ਜਿਹੜੀਆਂ ਡਿਵੈਲਪਮੈਂਟਸ ਹੁੰਦੀਆਂ ਨੇ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਐਮਬਰੀਓਜੈਨੀ ਕਹਿ ਦਿੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਐਮਬਰੀਓਜੈਨੀ ਇਨ ਡਾਇਕੋਟਸ। ਇਨ ਅ ਟਿਪੀਕਲ ਡਾਇਕੋਟ ਦਾ ਜ਼ਾਇਗੋਟ ਇਲੋਂਗੇਟਸ ਐਂਡ ਦੈਨ ਡਿਵਾਈਡਡ ਬਾਈ ਅ ਟ੍ਰਾਂਸਵਰਸ ਵਾਲ ਇਨ ਟੂ ਟੂ ਅਨਈਕੁਅਲ ਸੈੱਲ। ਸਭ ਤੋਂ ਪਹਿਲਾਂ ਕੀ ਹੁੰਦਾ ਕਿ ਆਪਣੇ ਕੋਲ ਜ਼ਾਇਗੋਟ ਹੁੰਦਾ, ਅਤੇ ਡਾਇਕੋਟਸ 'ਚ ਕੀ ਹੁੰਦਾ ਕਿ ਆਪਣੇ ਕੋਲ ਇੱਕ ਜ਼ਾਇਗੋਟ ਹੁੰਦਾ, ਉਹ ਇਲੋਂਗੇਟ ਹੁੰਦਾ, ਆਪਦੇ ਸਾਈਜ਼ ਨੂੰ ਇਨਕਰੀਜ਼ ਕਰਦਾ, ਲੈਂਥ ਇਨਕਰੀਜ਼ ਕਰਦਾ, ਅਤੇ ਉਦੋਂ ਬਾਅਦ 'ਚ ਉਹ ਡਿਵਾਈਡ ਹੋ ਜਾਂਦਾ ਟ੍ਰਾਂਸਵਰਸ ਡਿਵੀਜ਼ਨ ਦੇ ਰਾਹੀਂ, ਅਤੇ ਦੋ ਸੈੱਲਸ ਬਣਾ ਦਿੰਦਾ ਆਪਾਂ ਨੂੰ। ਦ ਲਾਰਜਰ ਬੇਸਲ ਸੈੱਲ ਇਜ਼ ਕਾਲਡ ਸਸਪੈਂਸਰ ਸੈੱਲ ਐਂਡ ਦ ਅਦਰ ਟੂਵਰਡ ਦ ਐਂਟੀਪੋਡਲਸ ਐਂਡ ਇਜ਼ ਕਾਲਡ ਟਰਮੀਨਲ ਔਰ ਐਮਬਰੀਓ ਸੈੱਲ। ਆਪਣੇ ਕੋਲ ਕੀ ਹੁੰਦਾ ਕਿ ਜਿਹੜੇ ਆਪਣੇ ਕੋਲ ਡਾਇਕੋਟਸ ਨੇ, ਉਹਨਾਂ ਦੇ ਵਿੱਚ ਜਿਹੜਾ ਜ਼ਾਇਗੋਟ ਹੁੰਦਾ ਉਹ ਦੋ ਸੈੱਲਸ 'ਚ ਡਿਵਾਈਡ ਕਰਦਾ, ਉਹ ਦੋ ਸੈੱਲਸ 'ਚ ਡਿਵਾਈਡ ਕਰਦਾ, ਅਤੇ ਆਪਾਂ ਨੂੰ ਕੀ ਬਣਾਉਂਦਾ ਹੈਗਾ? ਬੇਸਲ ਸੈੱਲ ਬਣਾਉਂਦਾ, ਜਿਹਨੂੰ ਸਸਪੈਂਸਰ ਸੈੱਲ ਕਹਿ ਦਿੰਦੇ ਹਾਂ, ਟਰਮੀਨਲ ਜਾਂ ਐਮਬਰੀਓ ਸੈੱਲ ਬਣਾਉਂਦਾ। ਹੁਣ ਆਪਾਂ ਦੇਖਦੇ ਹਾਂ ਅੱਗੋਂ ਕੀ ਹੁੰਦਾ ਦ ਸਸਪੈਂਸਰ ਸੈੱਲ। ਆਪਾਂ ਨੂੰ ਪਤਾ ਹੈ ਕਿ ਜਿਹੜਾ ਜ਼ਾਇਗੋਟ ਆ ਉਹ ਡਿਵਾਈਡ ਕਰਦਾ ਦੋ ਹਿੱਸਿਆਂ ਦੇ ਵਿੱਚ, ਟ੍ਰਾਂਸਵਰਸ ਵਾਲ ਬਣਦੀ ਆ ਜ਼ਾਇਗੋਟ ਦੇ ਵਿੱਚ, ਅਤੇ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਬਣ ਜਾਂਦਾ, ਦੋ ਸੈੱਲਸ 'ਚ ਡਿਵਾਈਡ ਹੁੰਦਾ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਸਸਪੈਂਸਰ ਸੈੱਲ ਕਹਿ ਦਿੰਦੇ ਹਾਂ ਜਾਂ ਫਿਰ ਐਮਬਰੀਓਨਲ ਸੈੱਲ ਕਹਿ ਦਿੰਦੇ ਹਾਂ। ਦ ਸਸਪੈਂਸਰ ਸੈੱਲ ਡਿਵਾਈਡ ਟ੍ਰਾਂਸਵਰਸਲੀ ਆ ਫਿਊ ਟਾਈਮਸ ਟੂ ਪ੍ਰੋਡਿਊਸ ਆ ਫਿਲਾਮੈਂਟਸ ਸਸਪੈਂਸਰ ਆਫ 6 to 8 ਸੈੱਲ। ਜਿਹੜਾ ਸਸਪੈਂਸਰ ਸੈੱਲ ਹੁੰਦਾ ਉਹ ਡਿਵਾਈਡ ਕਰਦਾ ਟ੍ਰਾਂਸਵਰਸਲੀ, ਉਹਦੇ 'ਚ ਵੀ ਟ੍ਰਾਂਸਵਰਸ ਡਿਵੀਜ਼ਨ ਹੁੰਦੀ ਹੈ, ਅਤੇ ਉਹ ਕੀ ਬਣਾ ਦਿੰਦਾ ਆਪਾਂ ਨੂੰ? ਫਿਲਾਮੈਂਟਸ ਸਸਪੈਂਸਰ ਬਣਾ ਦਿੰਦਾ, ਜਿਹਦੇ 'ਚ 6 to 8 ਤੱਕ ਸੈੱਲ ਹੁੰਦੇ ਆ। ਆਪਾਂ ਦੇਖ ਸਕਦੇ ਹਾਂ ਇਸ ਡਾਇਗ੍ਰਾਮ ਦੇ ਵਿੱਚ ਆਪਣੇ ਕੋਲ ਜ਼ਾਇਗੋਟ ਸੀ, ਉਹਦੇ 'ਚ ਦੋ ਅਨਈਕੁਅਲ ਡਿਵੀਜ਼ਨ ਹੋਈਆਂ, ਸਸਪੈਂਸਰ ਜਿਹੜਾ ਸੈੱਲ ਆ ਉਹਦੇ 'ਚ ਡਿਵੀਜ਼ਨ ਹੋ ਰਹੀ ਹੈ, ਅਤੇ ਆਪਾਂ ਨੂੰ ਕੀ ਬਣਾ ਰਿਹਾ ਹੈਗਾ? 6 to 8 ਸੈੱਲਡ ਸਸਪੈਂਸਰ ਬਣਾ ਰਿਹਾ। ਅਤੇ ਸਸਪੈਂਸਰ ਹੈਲਪਸ ਇਨ ਪੁਸ਼ਿੰਗ ਦ ਐਮਬਰੀਓ ਇਨ ਟੂ ਦ ਐਂਡੋਸਪਰਮ। ਸਸਪੈਂਸਰ ਦਾ ਕੀ ਕੰਮ ਹੁੰਦਾ? ਇਹਨੇ ਕੀ ਕਰਨਾ ਹੁੰਦਾ? ਐਮਬਰੀਓ ਨੂੰ ਐਂਡੋਸਪਰਮ ਦੇ ਵੱਲੀ ਪੁਸ਼ ਕਰਨਾ ਹੁੰਦਾ, ਅਤੇ ਆਪਾਂ ਨੂੰ ਪਤਾ ਕਿ ਐਂਡੋਸਪਰਮ ਕੀ ਹੈ? ਐਂਡੋਸਪਰਮ ਫੂਡ ਲੇਡਨ ਟਿਸ਼ੂ ਆ, ਇਹਦੇ ਵਿੱਚ ਫੂਡ ਹੁੰਦਾ, ਅਤੇ ਐਮਬਰੀਓ ਨੂੰ ਫੂਡ ਵੱਲੀ ਤਾਂ ਪੁਸ਼ ਕੀਤਾ ਜਾਂਦਾ ਤਾਂ ਜੋ ਜਿਹੜਾ ਡਿਵੈਲਪ ਹੋ ਰਿਹਾ ਐਮਬਰੀਓ ਉਹ ਪ੍ਰੋਪਰ ਨਿਊਟ੍ਰੀਸ਼ਨ ਲੈ ਸਕੇ, ਅਤੇ ਪ੍ਰੋਪਰ ਆਪਣੀ ਗਰੋਥ ਕਰ ਸਕੇ, ਡਿਵੀਜ਼ਨਸ ਕਰ ਸਕੇ। ਦ ਫਸਟ ਸੈੱਲ ਆਫ ਦ ਸਸਪੈਂਸਰ ਟੂਵਰਡ ਦ ਮਾਈਕਰੋਪਾਇਲਰ ਐਂਡ ਬਿਕਮਸ ਫੋਲਨ ਐਂਡ ਫੰਕਸ਼ਨ ਐਜ ਹੋਸਟੋਰੀਅਮ। ਜਿਹੜਾ ਸਸਪੈਂਸਰ ਦਾ ਫਸਟ ਸੈੱਲ ਹੁੰਦਾ ਉਹ ਥੋੜ੍ਹਾ ਜਿਹਾ ਸਵੈਲ ਕਰ ਜਾਂਦਾ, ਠੀਕ ਹੈ, ਉਹ ਥੋੜ੍ਹਾ ਜਿਹਾ ਆਪਦਾ ਸਾਈਜ਼ ਇਨਕਰੀਜ਼ ਕਰਦਾ, ਸੋਲਨ ਹੋ ਜਾਂਦਾ, ਅਤੇ ਉਹ ਹੋਸਟੋਰੀਅਮ ਦੀ ਤਰ੍ਹਾਂ ਫੰਕਸ਼ਨ ਕਰਨ ਲੱਗ ਜਾਂਦਾ। ਹੁਣ ਮੈਂ ਤੁਹਾਨੂੰ ਇਹ ਸਾਰੇ ਪ੍ਰੋਸੀਜਰ ਨੂੰ ਸਮਝਾਉਂਦੀ ਹਾਂ ਕੀ ਹੁੰਦਾ ਕਿਵੇਂ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਜ਼ਾਇਗੋਟ ਸੀ, ਓਕੇ, ਜ਼ਾਇਗੋਟ ਸੀ। ਜ਼ਾਇਗੋਟ ਦੇ ਆਪਾਂ ਸੀ ਅਤੇ ਐਮ ਕੀ ਸ਼ੋਅ ਕਰ ਰਹੇ ਹਾਂ, ਡਾਇਕੋਟ ਦੇ ਆਪਾਂ ਦੱਸ ਰਹੇ ਹਾਂ ਸਾਰਾ ਵੀ ਕਿਵੇਂ ਹੁੰਦੀ ਹੈ ਐਮਬਰੀਓ ਦੀ ਡਿਵੈਲਪਮੈਂਟ। ਆਪਣੇ ਕੋਲ ਜ਼ਾਇਗੋਟ ਹੈ, ਓਕੇ, ਆਪਾਂ ਫੋਕਸ ਕਰਦੇ ਹਾਂ ਇਸ ਇਮੇਜ ਦੇ ਵੱਲੀ। ਆਪਣੇ ਕੋਲ ਜ਼ਾਇਗੋਟ ਆ, ਸੀ ਅਤੇ ਐਮ ਕੀ ਰੀਪ੍ਰਜੈਂਟ ਕਰ ਰਿਹਾ, ਸੀ ਰੀਪ੍ਰਜੈਂਟ ਕਰ ਰਿਹਾ ਚਲਾਜ਼ਲ ਪਾਰਟ, ਅਤੇ ਐਮ ਰੀਪ੍ਰਜੈਂਟ ਕਰ ਰਿਹਾ ਮਾਈਕਰੋਪਾਈਲ। ਜ਼ਾਇਗੋਟ ਹੈ, ਇਹਦੇ 'ਚ ਕੀ ਹੋਈ? ਮਾਈਟੋਟਿਕ ਡਿਵੀਜ਼ਨ ਹੋਈ, ਜ਼ਾਇਗੋਟ ਦੇ ਵਿੱਚ ਹੋਈ ਮਾਈਟੋਟਿਕ ਡਿਵੀਜ਼ਨ, ਉਹ ਦੋ ਸੈੱਲਸ ਦੇ ਵਿੱਚ ਵੰਡਿਆ ਗਿਆ, ਟ੍ਰਾਂਸਫਰਸ ਮਾਈਟੋਟਿਕ ਡਿਵੀਜ਼ਨ ਹੋਈ, ਦੋ ਸੈੱਲਸ ਬਣੇ। ਆਊਟਰ ਜਿਹੜਾ ਸੈੱਲ ਚਲਾਜ਼ਲ ਵਾਲੀ ਸਾਈਡ ਹੋਏਗਾ ਉਹਨੂੰ ਐਮਬਰੀਓਨਲ ਸੈੱਲ ਕਹਾਂਗੇ ਜਾਂ ਟਰਮੀਨਲ ਸੈੱਲ ਕਹਾਂਗੇ, ਅਤੇ ਜਿਹੜਾ ਮਾਈਕਰੋਪਾਈਲ ਵਾਲੀ ਹੋਏਗਾ ਵੱਲ ਹੋਏਗਾ ਸੈੱਲ, ਉਹਨੂੰ ਆਪਾਂ ਬੇਸਲ ਜਾਂ ਸਸਪੈਂਸਰ ਸੈੱਲ ਕਹਾਂਗੇ। ਤਾਂ ਬੇਸਲ ਜਾਂ ਸਸਪੈਂਸਰ ਸੈੱਲ ਆ ਕੀ ਆਪਣੇ ਕੋਲ? ਟਰਮੀਨਲ ਜਾਂ ਐਮਬਰੀਓਨਲ ਸੈੱਲ। ਫਿਰ ਕੀ ਹੁੰਦਾ ਕਿ ਇਹਦੇ
ਜਿਹੜਾ ਆਪਣੇ ਕੋਲ ਟਰਮੀਨਲ ਜਾਂ ਐਮਬਰੀਓਨਲ ਸੈੱਲ ਆ ਉਹ ਡਿਵਾਈਡ ਕਰਦਾ ਅਤੇ ਆਪਾਂ ਨੂੰ ਕੀ ਬਣਾ ਦਿੰਦਾ? ਪ੍ਰੋ ਐਮਬਰੀਓ ਬਣਾ ਦਿੰਦਾ। ਦੇਖੋ ਆਹ ਜਿਹੜਾ ਟਰਮੀਨਲ ਸੈੱਲ ਸੀ ਜਾਂ ਐਮਬਰੀਓਨਲ ਸੈੱਲ ਸੀ, ਇਹਦੇ ਵਿੱਚ ਡਿਵੀਜ਼ਨ ਹੋਈ, ਚਾਰ ਸੈੱਲ ਬਣੇ, ਇਹਨੂੰ ਆਪਾਂ ਕੀ ਕਹਿੰਦਾ? ਪ੍ਰੋ ਐਮਬਰੀਓ ਕਹਿੰਦਾ। ਹੁਣ ਚਾਰ ਸੈੱਲ ਪ੍ਰੋ ਐਮਬਰੀਓ ਆ, ਇਹਨੂੰ ਆਪਾਂ ਕੀ ਕਹਾਂਗੇ? ਪ੍ਰੋ ਐਮਬਰੀਓ ਕੁਆਡਰੈਂਟ। ਓਕੇ, ਫਿਰ ਆਪਣੇ ਕੋਲ ਜਿਹੜਾ ਬੇਸਲ ਸੈੱਲ ਹੁੰਦਾ ਜਾਂ ਸਸਪੈਂਸਰ ਸੈੱਲ ਹੁੰਦਾ, ਇਹਦੇ ਵਿੱਚ ਡਿਵੀਜ਼ਨਸ ਹੁੰਦੀਆਂ ਅਤੇ ਆਪਾਂ ਨੂੰ ਕੀ ਬਣਾ ਦਿੰਦਾ? ਸਸਪੈਂਸਰ ਬਣਾ ਦਿੰਦਾ। ਅਤੇ ਜਿਹੜਾ ਸਸਪੈਂਸਰ ਦਾ ਸਭ ਤੋਂ ਪਹਿਲਾਂ ਸੈੱਲ ਹੁੰਦਾ, ਥੋੜ੍ਹਾ ਜਿਹਾ ਸਵੋਲਨ ਕਰ ਜਾਂਦਾ ਅਤੇ ਕੀ ਬਣਾ ਦਿੰਦਾ? ਹੋਸਟੋਰੀਅਲ ਸੈੱਲ ਬਣਾ ਦਿੰਦਾ। ਫਰਦਰ ਕੀ ਹੁੰਦਾ ਹੈਗਾ? ਫਿਰ ਫਰਦਰ ਡਿਵੈਲਪਮੈਂਟ ਹੁੰਦੀ ਹੈ ਐਮਬਰੀਓ ਦੇ ਵਿੱਚ, ਪ੍ਰੋ ਐਮਬਰੀਓ ਕੁਆਡਰੈਂਟ ਆ ਉਹ, ਉਹਦੇ 'ਚ ਫਰਦਰ ਡਿਵੀਜ਼ਨਸ ਹੁੰਦੀਆਂ ਅਤੇ ਉਹ ਕੀ ਬਣਾ ਦਿੰਦਾ ਆਪਾਂ ਨੂੰ? ਪ੍ਰੋ ਐਮਬਰੀਓ ਓਕਟੈਂਟ। ਪ੍ਰੋ ਐਮਬਰੀਓ ਓਕਟੈਂਟ 'ਚ ਕੀ ਹੁੰਦਾ ਹੈਗਾ ਆਪਣੇ ਕੋਲ? ਕਿ ਆਪਣੇ ਕੋਲ 8 ਸੈੱਲਸ ਹੁੰਦੇ, 1 2 3 4 5 6 7 8 ਸੈੱਲਸ ਹੁੰਦੇ ਨੇ ਪ੍ਰੋ ਐਮਬਰੀਓ ਓਕਟੈਂਟ ਦੇ ਵਿੱਚ। ਜਿਹੜਾ ਸਸਪੈਂਸਰ ਦਾ ਉਹ ਸੈੱਲ, ਸਸਪੈਂਸਰ ਦਾ ਉਹ ਸੈੱਲ ਜਿਹੜਾ ਕਿ ਪ੍ਰੋ ਐਮਬਰੀਓ ਓਕਟੈਂਟ ਨੂੰ ਟੱਚ ਕਰ ਰਿਹਾ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਉਹਨੂੰ ਆਪਾਂ ਹਾਈਪੋਫਾਈਸਿਸ ਕਹਿੰਦੇ ਹਾਂ। ਤਾਂ ਆਹ ਵਾਲਾ ਜਿਹੜਾ ਸੈੱਲ ਆ ਇਹ ਹਾਈਪੋਫਾਈਸਿਸ ਨੂੰ ਰੀਪ੍ਰਜੈਂਟ ਕਰ ਰਿਹਾ। ਤਾਂ ਸਸਪੈਂਸਰ ਦਾ ਉਹ ਸੈੱਲ ਜਿਹੜਾ ਟੱਚ ਕਰ ਰਿਹਾ ਹੁੰਦਾ ਪ੍ਰੋ ਐਮਬਰੀਓ ਓਕਟੈਂਟ ਨੂੰ, ਉਹਨੂੰ ਆਪਾਂ ਹਾਈਪੋਫਾਈਸਿਸ ਕਹਿੰਦੇ ਹਾਂ। ਆਹ ਸਸਪੈਂਸਰ ਫਿਲਾਮੈਂਟ ਆ, ਅਤੇ ਜਿਹੜਾ ਬੇਸਲ ਸਵੋਲਨ ਪਾਰਟ ਸੀ ਸਸਪੈਂਸਰ ਦਾ, ਇਹਨੂੰ ਆਪਾਂ ਕੀ ਕਹਿੰਦੇ ਹਾਂ? ਹਸਟੋਰੀਅਲ ਸੈੱਲ ਕਹਿੰਦੇ ਹਾਂ। ਇਹ ਸਟੇਜ ਨੂੰ ਪ੍ਰੋ ਐਮਬਰੀਓ ਓਕਟੈਂਟ ਕਹਿ ਦਿੰਦੇ ਹਾਂ, ਕਿਉਂਕਿ ਇਹਦੇ 'ਚ ਜਿਹੜਾ ਐਮਬਰੀਓ ਆ ਉਹ 8 ਸੈੱਲਡ ਹੈ। ਓਕਟੈਂਟ ਮੀਨਸ 8। ਫਿਰ ਫਰਦਰ ਡਿਵੀਜ਼ਨਸ ਹੁੰਦੀਆਂ, ਕੀ ਹੁੰਦਾ ਆਪਣੇ ਕੋਲ? ਕਿ ਜਿਹੜਾ ਪ੍ਰੋ ਐਮਬਰੀਓ ਓਕਟੈਂਟ ਆ ਉਹਦੇ 'ਚ ਫਰਦਰ ਡਿਵੀਜ਼ਨਸ ਹੁੰਦੀਆਂ, ਅਤੇ ਆਪਣੇ ਕੋਲ ਲਾਰਜ ਸਾਈਜ਼ ਦਾ ਇੱਕ ਕਲੱਸਟਰ ਆਫ ਸੈੱਲਸ, ਲਾਰਜ ਸਾਈਜ਼ ਦੇ ਸੈੱਲਸ ਦਾ ਕਲੱਸਟਰ ਬਣ ਜਾਂਦਾ ਹੈ। ਆਪਾਂ ਦੇਖ ਸਕਦੇ ਹਾਂ ਕਿ ਇਹਦਾ ਸਾਈਜ਼ ਵੀ ਇਨਕਰੀਜ਼ ਹੋ ਗਿਆ। ਓਕੇ, ਅਤੇ ਇਹਦੇ 'ਚ ਫਰਦਰ ਡਿਵੀਜ਼ਨਸ ਵੀ ਹੋ ਰਹੀਆਂ ਨੇ। ਆਪਾਂ ਸਸਪੈਂਸਰ ਦੀ ਗੱਲ ਕਰਦੇ ਹਾਂ, ਹਸਟੋਰੀਅਲ ਸੈੱਲ ਐਜ਼ ਇਟ ਇਜ਼ ਹੀ ਹੈ, ਸਸਪੈਂਸਰ ਵੀ ਉਵੇਂ ਹੀ ਆ। ਸਸਪੈਂਸਰ ਦਾ ਜਿਹੜਾ ਆਹ ਵਾਲਾ ਸੈੱਲ ਸੀ ਹਾਈਪੋਫਾਈਸਿਸ ਸੀ, ਜਿਹੜਾ ਪ੍ਰੋ ਐਮਬਰੀਓ ਓਕਟੈਂਟ ਦੇ ਨਾਲ ਟੱਚ ਹੋ ਰਿਹਾ ਸੀ, ਇਹਦੇ 'ਚ ਡਿਵੀਜ਼ਨ ਹੋਣਗੀਆਂ ਅਤੇ ਆਪਾਂ ਨੂੰ ਕੀ ਬਣਾਏਗਾ? ਫਰਦਰ ਸੈੱਲਸ ਬਣਾਏਗਾ, 8 ਸੈੱਲਸ ਬਣਾਏਗਾ। 4 ਇਹਦੇ ਜਿਹੜੇ ਅਪਰ ਸੈੱਲ ਹੋਣਗੇ ਉਹ ਰੂਟ ਕੋਰਟੈਕਸ ਬਣਾਉਣਗੇ, ਅਤੇ ਜਿਹੜੇ 4 ਨੀਚੇ ਵਾਲੇ ਸੈੱਲਸ ਹੋਣਗੇ ਹਾਈਪੋਫਾਈਸਿਸ ਦੇ ਉਹ ਰੂਟ ਕੈਪ ਅਤੇ ਰੂਟ ਟਿਪ ਬਣਾਉਣਗੇ। ਓਕੇ, ਫਿਰ ਕੀ ਹੁੰਦਾ? ਜਿਹੜਾ ਆਪਣੇ ਕੋਲ ਪ੍ਰੋ ਐਮਬਰੀਓ ਓਕਟੈਂਟ ਸੀ ਉਹ ਫਰਦਰ ਜਦੋਂ ਡਿਵਾਈਡ ਕਰਦਾ ਹੈ ਤਾਂ ਆਪਣੇ ਕੋਲ ਮਲਟੀ ਸੈਲੂਲਰ ਸਟਰਕਚਰ ਬਣਦੀ ਆ, ਜਿਹਦੇ 'ਚ ਨੀਚੇ ਵਾਲਾ ਜਿਹੜਾ ਹਿੱਸਾ ਹੁੰਦਾ, ਆਹ ਵਾਲਾ ਜਿਹੜਾ ਨੀਚੇ ਵਾਲਾ ਹਿੱਸਾ ਹੈਗਾ, ਨੀਚੇ ਵਾਲੇ ਜਿਹੜੇ ਇਸ ਲਾਈਨ ਤੋਂ, ਇਸ ਟ੍ਰਾਂਸਫਰ ਲਾਈਨ ਤੋਂ ਜਿਹੜੇ ਨੀਚੇ ਵਾਲੇ ਸੈੱਲਸ ਆ ਉਹ ਹਾਈਪੋਕੋਟਾਈਲ ਬਣਾਉਣਗੇ ਫਰਦਰ, ਅਤੇ ਜਿਹੜੇ ਇਸ ਲਾਈਨ ਤੋਂ ਉੱਪਰ ਵਾਲੇ ਸੈੱਲਸ ਆ ਉਹ ਸਾਰੇ ਕੀ ਬਣਾਉਣਗੇ? ਪਲਮਿਊਲ ਐਂਡ ਕੋਟਿਲੀਡਨਸ। ਓਕੇ, ਕੀ ਬਣਾਉਣਗੇ ਆਪਣੇ ਕੋਲ? ਪਲਮਿਊਲ ਐਂਡ ਕੋਟਿਲੀਡਨਸ। ਆਹ ਜਿਹੜੀ ਸਟੇਜ ਹੁੰਦੀ ਹੈ ਇਹਨੂੰ ਆਪਾਂ ਗਲੋਬੂਲਰ ਸਟੇਜ ਕਹਿ ਦਿੰਦੇ ਹਾਂ। ਇਹ ਸਟੇਜ ਦੇ ਵਿੱਚ ਇਹਨੂੰ ਆਪਾਂ ਕਿਹੜੀ ਸਟੇਜ ਕਹਿੰਦੇ ਹਾਂ? ਗਲੋਬੂਲਰ ਸਟੇਜ ਕਹਿ ਦਿੰਦੇ ਹਾਂ। ਫਰਦਰ ਕੀ ਹੁੰਦਾ ਆਪਣੇ ਕੋਲ? ਫਿਰ ਕੀ ਹੁੰਦਾ ਫਰਦਰ? ਕਿ ਆਪਣੇ ਕੋਲ ਇਹ ਜਿਹੜੀ ਗਲੋਬੂਲਰ ਸਟੇਜ ਹੈ ਇਹਦੇ 'ਚ ਵੀ ਫਰਦਰ ਡਿਵੀਜ਼ਨਸ ਹੁੰਦੀਆਂ। ਹੁਣ ਕੀ ਹੁੰਦਾ ਕਿ ਜਿਹੜਾ ਆਪਣੇ ਕੋਲ ਆਹ ਵਾਲਾ ਹਿੱਸਾ ਸੀ ਰੂਟ ਕੈਪ ਅਤੇ ਰੂਟ ਟਿਪ ਵਾਲਾ ਹਿੱਸਾ, ਇਹ ਫਰਦਰ ਡਿਵਾਈਡ ਕਰਦਾ ਅਤੇ ਆਪਾਂ ਨੂੰ ਆਹ ਵਾਲਾ ਪਾਰਟ ਬਣਾ ਦਿੰਦਾ, ਜਿਹੜਾ ਕਿ ਰੂਟ ਕੈਪ ਅਤੇ ਰੂਟ ਟਿਪ ਬਣਾਏਗਾ ਫਰਦਰ। ਓਕੇ, ਅਤੇ ਜਿਹੜੇ ਅਪਰ ਵਾਲਾ ਹਿੱਸਾ ਸੀ ਜਿਹੜਾ ਕਹਿ ਰਹੇ ਸੀ ਰੂਟ ਕੋਰਟੈਕਸ ਬਣਾਏਗਾ, ਇੱਥੇ ਰੂਟ ਕੋਰਟੈਕਸ ਬਣਾ ਰਿਹਾ। ਹੁਣ ਜਿਹੜਾ ਆਹ ਵਾਲਾ ਹਿੱਸਾ ਸੀ ਹਾਫ ਹਿੱਸਾ ਹਾਈਪੋਕੋਟਾਈਲ ਬਣਾ ਰਿਹਾ, ਇੱਥੇ ਹਾਈਪੋਕੋਟਾਈਲ ਬਣਾ ਰਿਹਾ, ਅਤੇ ਆਹ ਵਾਲਾ ਜਿਹੜਾ ਹਿੱਸਾ ਸੀ ਇਹ ਵਾਲਾ ਪਲਮਿਊਲ ਐਂਡ ਕੋਟਿਲੀਡਨ ਬਣਾ ਰਿਹਾ। ਦੇਖੋ ਇੱਥੇ ਪਲਮਿਊਲ ਬਣ ਗਈ ਅਤੇ ਆਹ ਕੋਟਿਲੀਡਨਸ ਬਣ ਗਈ। ਹੁਣ ਕੀ ਹੁੰਦਾ ਕਿ ਜਿਹੜੇ ਕੋਟਿਲੀਡਨਸ ਹੁੰਦੇ ਆ ਉਹ ਇੱਕ ਸਾਈਡ ਵੱਲੀ ਜ਼ਿਆਦਾ ਗਰੋ ਕਰਦੇ ਆ। ਦੇਖੋ ਇੱਧਰਲੀ ਸਾਈਡ ਵਾਲਾ ਕੋਟਿਲੀਡਨ ਥੋੜ੍ਹਾ ਜਿਹਾ ਇਸ ਇੱਧਰ ਜ਼ਿਆਦਾ ਡਿਵਾਈਡ ਕਰ ਰਿਹਾ, ਤਾਂ ਕਰਕੇ ਥੋੜ੍ਹਾ ਜਿਹਾ ਇਹ ਡੋਮ ਸ਼ੇਪ ਆ ਗਈ ਸਟਰਕਚਰ। ਇੱਧਰਲਾ ਕੋਟਲੀਡਨ ਵੀ ਇਸ ਸਾਈਡ ਜ਼ਿਆਦਾ ਗਰੋ ਕਰ ਰਿਹਾ, ਤਾਂ ਓਵਰਆਲ ਦੇਖਿਆ ਜਾਵੇ ਤਾਂ ਆਪਾਂ ਨੂੰ ਹਾਰਟ ਸ਼ੇਪ ਲੱਗਦਾ, ਇਸ ਕਰਕੇ ਇਹਨੂੰ ਆਪਾਂ ਹਾਰਟ ਸ਼ੇਪ ਐਮਬਰੀਓ ਸਟੇਜ ਵੀ ਕਹਿ ਦਿੰਦੇ ਹਾਂ। ਫਰਦਰ ਡਿਵੈਲਪਮੈਂਟ ਹੁੰਦੀ ਹੈ ਇਹਦੇ 'ਚ, ਜਿਹੜੇ ਆਪਣੇ ਕੋਲ ਕੋਟਲੀਡਨਸ ਨੇ ਉਹ ਜ਼ਿਆਦਾ ਗਰੋ ਕਰਦੇ ਨੇ ਅਤੇ ਇਸ ਤਰ੍ਹਾਂ ਉਹਨਾਂ ਦੀ ਸ਼ੇਪ ਆ ਜਾਂਦੀ ਹੈ। ਓਕੇ, ਆਹ ਕੋਟਲੀਡਨਸ ਸੀ ਇਹ ਗਰੋ ਕਰਦੇ ਨੇ ਅਤੇ ਉਹਨਾਂ ਦੀ ਇਸ ਤਰ੍ਹਾਂ ਸ਼ੇਪ ਆ ਜਾਂਦੀ ਆ, ਬਾਕੀ ਸਾਰਾ ਪਾਰਟ ਉਸੇ ਤਰ੍ਹਾਂ ਹੀ ਹੁੰਦਾ। ਕੋਟਲੀਡਨਸ ਫਰਦਰ ਡਿਵੀਜ਼ਨ ਹੁੰਦੀਆਂ ਅਤੇ ਉਹ ਫਿਰ ਗਰੋ ਕਰਦੇ ਨੇ, ਫਿਰ ਉਹ ਗਰੋ ਕਰਦੇ ਨੇ ਨੀਚੇ। ਆਹ ਜਿਹੜਾ ਪਾਰਟ ਹੈ ਇਹ ਵਾਲਾ ਪਲਮਿਊਲ ਉਵੇਂ ਹੀ ਆ। ਇਸ ਤਰ੍ਹਾਂ ਇਹ ਸਟੇਜ ਜਿਹੜੀ ਹੈਗੀ ਆਪਾਂ ਨੂੰ ਹੋਰਸ ਸ਼ੂ ਸ਼ੇਪ ਦਿਖਾਈ ਦਿੰਦੀ, ਇਸ ਕਰਕੇ ਇਹਨੂੰ ਹੋਰਸ ਸ਼ੂ ਐਮਬਰੀਓਨਲ ਸਟੇਜ ਕਹਿ ਦਿੰਦੇ ਹਾਂ। ਮੈਂ ਇੱਕ ਵਾਰੀ ਫਿਰ ਤੁਹਾਨੂੰ ਇਹ ਸਾਰਾ ਸਮਝਾਉਂਦੀ ਹਾਂ ਕਿ ਇਹ ਕਿਵੇਂ ਹੁੰਦਾ। ਆਪਣੇ ਕੋਲ ਕੀ ਸੀ? ਆਪਣੇ ਕੋਲ ਕੀ ਸੀ ਕਿ ਆਪਣੇ ਕੋਲ ਜ਼ਾਇਗੋਟ ਸੀ, ਆਹ
ਚਲਾਜਲ ਪਾਰਟ ਆ, ਮਾਈਕਰੋਪਾਈਲ ਵਾਲਾ ਪਾਰਟ ਹੈ। ਓਕੇ, ਜਾਈਗੋਟਾਈਨ ਦੇ ਵਿੱਚ ਮਾਈਟੋਟਿਕ ਡਿਵੀਜ਼ਨ ਹੋਈ ਅਤੇ ਇਹ ਦੋ ਸੈੱਲਸ ਡਿਵਾਈਡ ਹੋ ਗਿਆ, ਬੇਸਲ ਜਾਂ ਸਸਪੈਂਸਰ ਸੈੱਲ, ਟਰਮੀਨਲ ਜਾਂ ਐਮਬਰੀਓਨਲ ਸੈੱਲ। ਟਰਮੀਨਲ ਜਾਂ ਐਮਬਰੀਓਨਲ ਸੈੱਲ ਜਿਹੜਾ ਹੈਗਾ ਇਹ ਫਰਦਰ ਡਿਵਾਈਡ ਹੋ ਕੇ ਪ੍ਰੋ ਐਮਬਰੀਓ ਬਣਾਉਂਦਾ, ਇਹਦੇ 'ਚ ਚਾਰ ਸੈੱਲ ਹੁੰਦੇ, ਇਸ ਕਰਕੇ ਇਹਨੂੰ ਪ੍ਰੋ ਐਮਬਰੀਓ ਕੁਆਡਰੈਂਟ ਕਹਿ ਦਿੰਦੇ ਹਾਂ। ਜਿਹੜਾ ਆਪਣੇ ਕੋਲ ਬੇਸਲ ਜਾਂ ਸਸਪੈਂਸਰ ਸੈੱਲ ਹੁੰਦਾ ਉਹ ਡਿਵਾਈਡ ਕਰਕੇ ਆਪਣੇ ਸਸਪੈਂਸਰ ਬਣਾ ਲੈਂਦਾ, ਉਹਦਾ ਆਊਟਰ ਸੈੱਲ ਜਿਹੜਾ ਹੁੰਦਾ ਉਹ ਸਟੂਰੀਅਲ ਸੈੱਲ ਦੀ ਤਰ੍ਹਾਂ ਐਕਟ ਕਰਦਾ। ਫਿਰ ਆਪਣੇ ਕੋਲ ਕੀ ਹੁੰਦਾ, ਜਿਹੜਾ ਪ੍ਰੋ ਐਮਬਰੀਓ ਕੁਆਡਰੈਂਟ ਆ ਉਹਦੇ 'ਚ ਫਰਦਰ ਡਿਵੀਜ਼ਨ ਹੁੰਦੀ ਹੈ ਅਤੇ ਉਹ ਆਪਣੇ ਪ੍ਰੋ ਐਮਬਰੀਓ ਓਕਟੈਂਟ ਬਣਾ ਦਿੰਦਾ, ਪ੍ਰੋ ਐਮਬਰੀਓ ਓਕਟੈਂਟ ਬਣਾ ਦਿੰਦਾ। ਸਸਪੈਂਸਰ ਦਾ ਉਹ ਸੈੱਲ ਜਿਹੜਾ ਪ੍ਰੋ ਐਮਬਰੀਓ ਓਕਟੈਂਟ ਨੂੰ ਟੱਚ ਕਰ ਰਿਹਾ ਹੁੰਦਾ ਉਹਨੂੰ ਹਾਈਪੋਫਾਈਸਿਸ ਕਹਿ ਦਿੰਦੇ ਆ, ਆਹ ਸਸਪੈਂਸਰ ਹੈ, ਅਤੇ ਨੀਚੇ ਵਾਲਾ ਸੈੱਲ ਜਿਹੜਾ ਸੋਲਨ ਸੈੱਲ ਆ ਉਹਨੂੰ ਹਸਟੋਰੀਅਲ ਸੈੱਲ ਕਹਿ ਦਿੰਦੇ ਆ। ਫਿਰ ਫਰਦਰ ਇਹਦੇ 'ਚ ਡਿਵੀਜ਼ਨ ਹੋਏਗੀ, ਫਰਦਰ ਇਹਦੇ 'ਚ ਡਿਵੀਜ਼ਨਸ ਹੋਣਗੀਆਂ ਅਤੇ ਆਪਾਂ ਨੂੰ ਇਹ ਗਲੋਬਲਰ ਸਟੇਜ ਆਏਗੀ। ਪ੍ਰੋ ਐਮਬਰੀਓ ਓਕਟੈਂਟ ਤੋਂ ਬਾਅਦ ਗਲੋਬਲਰ ਸਟੇਜ ਬਣੇਗੀ, ਇਹਦੇ ਵਿੱਚ ਕੀ ਹੁੰਦਾ ਹੈਗਾ ਆਪਣੇ ਕੋਲ, ਇਹਦੇ ਵਿੱਚ ਆਪਣੇ ਕੋਲ ਫਰਦਰ ਡਿਵੀਜ਼ਨਸ ਹੁੰਦੀਆਂ। ਓਕੇ, ਜਿਹੜਾ ਹਾਈਪੋਫਾਈਸਿਸ ਵਾਲਾ ਪਾਰਟ ਸੀ ਉਹਦੇ 'ਚ ਵੀ ਡਿਵੀਜ਼ਨ ਹੁੰਦੀ ਹੈ, 8 ਸੈੱਲਸ ਬਣਦੇ ਨੇ। ਆਊਟਰ 4 ਸੈੱਲ ਰੂਟ ਕੋਰਟੈਕਸ ਬਣਾਉਣਗੇ, ਨੀਚੇ ਵਾਲੇ 4 ਸੈੱਲ ਰੂਟ ਕੈਪ ਅਤੇ ਰੂਟ ਟਿਪ ਬਣਾਉਣਗੇ ਡਿਵੈਲਪ ਕਰਕੇ, ਅਤੇ ਆਊਟਰ ਵਾਲਾ ਜਿਹੜਾ ਪਾਰਟ ਹੈ ਓਕੇ ਉਹਦੇ 'ਚ ਉਹਦਾ ਹਾਫ ਪਾਰਟ ਹਾਈਪੋਕੋਟਲ ਬਣਾਏਗਾ ਅਤੇ ਅਪਰ ਹਾਫ ਆਫ ਜਿਹੜਾ ਪਾਰਟ ਹੈ ਪਲਮਿਊਲ ਐਂਡ ਕੋਟਿਲੇਡਨ ਬਣਾਏਗਾ। ਇਹ ਸੀ ਆਪਣੇ ਕੋਲ ਗਲੋਬਲਰ ਸਟੇਜ। ਫਰਦਰ ਡਿਵੀਜ਼ਨ ਹੁੰਦੀ ਹੈ ਆਪਣੇ ਕੋਲ, ਆਹ ਦੇਖ ਰਹੇ ਹਾਂ ਕਿ ਆਪਾਂ ਰੂਟ ਕੈਪ ਅਤੇ ਰੂਟ ਟਿਪ ਬਣ ਗਈ ਹੈ, ਠੀਕ ਹੈ। ਆਹ ਰੂਟ ਕੋਰਟੈਕਸ ਆ, ਆਹ ਵਾਲਾ ਜਿਹੜਾ ਪਾਰਟ ਹਾਈਪੋਕੋਟਾਈਲ ਆ, ਆਹ ਕੋਟਿਲੀਡਨਸ ਵਾਲਾ ਪਾਰਟ ਆ। ਕੋਟਿਲੀਡਨਸ ਇੱਕ ਸਾਈਡ ਵੱਲ ਜ਼ਿਆਦਾ ਗਰੋ ਕਰਦੇ ਆ, ਓਕੇ, ਤਾਂ ਕਰਕੇ ਇਹਦੀ ਸ਼ੇਪ ਹਾਰਟ ਵਰਗੀ ਦਿਖਾਈ ਦਿੰਦੀ ਹੈ, ਇਸ ਕਰਕੇ ਆਪਾਂ ਨੂੰ ਹਾਰਟ ਸ਼ੇਪ ਐਮਬਰੀਓ ਕਹਿ ਦਿੰਦੇ ਹਾਂ। ਫਰਦਰ ਕੋਟਿਲੀਡਨਸ ਫਿਰ ਆਪਦੀ ਡਿਵੀਜ਼ਨ ਕਰਦੇ ਨੇ, ਲੈਂਥ ਇਨਕਰੀਜ਼ ਕਰਦੇ ਆ ਅਤੇ ਹੋਰਸ ਸ਼ੂ ਸ਼ੇਪ ਸਟਰਕਚਰ ਦਿਖਾਈ ਦਿੰਦੀ ਆ। ਇਹ ਸੀ ਆਪਣੇ ਕੋਲ ਡਾਈਕੋਟ ਦੇ ਵਿੱਚ ਕਿਵੇਂ ਐਮਬਰੀਓਨਲ ਡਿਵੈਲਪਮੈਂਟ ਹੁੰਦੀ ਹੈ। ਹੁਣ ਆਪਾਂ ਪੜ੍ਹਦੇ ਹਾਂ ਕਿ ਡਾਈਕੋਟ ਸੀਡ ਦੀ ਸਟਰਕਚਰ ਕਿਸ ਤਰ੍ਹਾਂ ਦੀ ਹੁੰਦੀ ਹੈ। ਡਾਈਕੋਟ ਸੀਡ ਦੀ ਆਪਾਂ ਦੇਖ ਰਹੇ ਹਾਂ, ਇੱਕ ਟਿਪੀਕਲ ਡਾਈਕੋਟ ਸੀਡ, ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲ ਕੋਟਿਲੀਡਨਸ ਨੇ। ਓਕੇ, ਡਾਈ ਮੀਨਸ ਟੂ, ਕੋਟ ਕੋਟ ਮੀਨਸ ਕੋਟਿਲੀਡਨ, ਇਸ ਕਰਕੇ ਇਹਨੂੰ ਆਪਾਂ ਡਾਈਕੋਟ ਕਹਿੰਦੇ ਹਾਂ, ਕਿਉਂਕਿ ਇਹਦੇ 'ਚ ਦੋ ਕੋਟਿਲੀਡਨਸ ਪਾਏ ਜਾਂਦੇ ਨੇ। ਓਕੇ, ਜਿਹੜੇ ਪੁਆਇੰਟ ਤੋਂ ਕੋਟਿਲੀਡਨ, ਆਹ ਜਿਹੜਾ ਪਾਰਟ ਹੈ, ਠੀਕ ਹੈ, ਇਹਨੂੰ ਐਮਬਰੀਓਨਲ ਐਕਸਿਸ ਕਹਿੰਦੇ ਆ। ਆਹ ਸਾਰਾ ਪਾਰਟ ਹੈ ਜਿਹੜਾ ਆਪਾਂ ਦਿਖਾਈ ਦੇ ਰਿਹਾ ਸੈਂਟਰ ਦੇ ਵਿੱਚ, ਇਹਨੂੰ ਐਮਬਰੀਓਨਲ ਐਕਸਿਸ ਕਹਿ ਦਿੰਦੇ ਨੇ। ਆਹ ਜਿਹੜੇ ਦਿਖਾਈ ਦੇ ਰਹੇ ਨੇ ਲੀਫ ਲਾਈਕ ਸਟਰਕਚਰ, ਇਹਨਾਂ ਨੂੰ ਆਪਾਂ ਐਮਬਰੀਓਨਲ ਲੀਫ ਜਾਂ ਕੋਟਿਲੀਡਨਸ ਕਹਿ ਦਿੰਦੇ ਹਾਂ। ਕੋਟਿਲੀਡਨਸ ਐਮਬਰੀਓਨਲ ਐਕਸਿਸ ਦੇ ਜਿਹੜੇ ਪਾਰਟ ਤੋਂ ਅਰਾਈਜ਼ ਹੁੰਦੇ ਨੇ ਉਹਨੂੰ ਆਪਾਂ ਕੀ ਕਹਿ ਦਿੰਦੇ, ਕੋਟਿਲੀਡਨਰੀ ਨੋਡ ਕਹਿੰਦੇ ਹਾਂ। ਤਾਂ ਆਪਾਂ ਕਹਿ ਸਕਦੇ ਹਾਂ ਕਿ ਕੋਟਿਲੀਡਨਰੀ ਨੋਡ ਤੋਂ ਕੋਟਿਲੀਡਨਸ ਅਰਾਈਜ਼ ਹੁੰਦੇ ਨੇ। ਓਕੇ, ਕੋਟਿਲੀਡਨਰੀ ਨੋਡ ਤੋਂ ਉਹ ਉੱਪਰ ਵਾਲਾ ਹਿੱਸਾ, ਓਕੇ, ਆਹ ਆਪਾਂ ਦੇਖਦੇ ਹਾਂ ਵੀ ਐਮਬਰੀਓਨਲ ਐਕਸਿਸ ਹੈ। ਐਮਬਰੀਓਨਲ ਐਕਸਿਸ ਦੀ ਬਿਲਕੁਲ ਟਿਪ 'ਤੇ ਪਲਮਿਊਲ ਹੁੰਦਾ ਅਤੇ ਬਿਲਕੁਲ ਬੇਸ 'ਤੇ ਕੀ ਹੁੰਦਾ ਹੈ, ਰੈਡੀਕਲ ਹੁੰਦਾ। ਹੁਣ ਜਿਹੜਾ ਪਾਰਟ ਕੋਟਲੀਡਨਰੀ ਨੋਡ ਅਤੇ ਪਲਮਿਊਲ ਦੇ ਵਿਚਾਲੇ, ਜਿਹੜਾ ਪਾਰਟ ਕੋਟਲੀਡਨਰੀ ਨੋਡ ਜਿੱਥੋਂ ਕੋਟਲੀਡਨਸ ਅਰਾਈਜ਼ ਹੁੰਦੇ ਨੇ ਉਹਦੇ ਅਤੇ ਪਲਮਿਊਲ ਦੇ ਸੈਂਟਰ 'ਚ, ਉਹਨੂੰ ਆਪਾਂ ਐਪੀਕੋਟਾਈਲ ਕਹਿ ਦਿੰਦੇ ਹਾਂ। ਅਤੇ ਜਿਹੜਾ ਪਾਰਟ ਕੋਟਲੀਡਨਰੀ ਨੋਡ ਅਤੇ ਰੈਡੀਕਲ ਦੇ ਵਿਚਾਲੇ ਹੁੰਦਾ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਹਨੂੰ ਆਪਾਂ ਹਾਈਪੋਕੋਟਾਈਲ ਕਹਿ ਦਿੰਦੇ ਹਾਂ। ਓਕੇ, ਫਿਰ ਮੈਂ ਇੱਕ ਵਾਰੀ ਤੁਹਾਨੂੰ ਇਹ ਸਮਝਾ ਦਿੰਦੀ ਹਾਂ ਕਿ ਡਾਈਕੋਟ ਸੀਡ ਦੀ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ। ਆਹ ਆਪਣੇ ਕੋਲ ਸੈਂਟਰ ਵਾਲਾ ਪਾਰਟ, ਇਹਨੂੰ ਐਮਬਰੀਓਨਲ ਐਕਸਿਸ ਕਹਿ ਦਿੰਦੇ ਹਾਂ। ਇਹਦੇ ਸੈਂਟਰ 'ਤੇ ਕੀ ਹੈ, ਕੋਟਿਲੀਡਨਰੀ ਨੋਡ ਹੁੰਦੀ ਹੈ ਜਿੱਥੋਂ ਕੋਟਿਲੀਡਨਸ ਅਰਾਈਜ਼ ਹੁੰਦੇ ਨੇ। ਓਕੇ, ਅਤੇ ਆਹ ਬਿਲਕੁਲ ਟਿਪ 'ਤੇ ਪਲਮਿਊਲ ਹੈ ਅਤੇ ਬਿਲਕੁਲ ਬੇਸ 'ਤੇ ਕੀ ਹੁੰਦਾ, ਰੈਡੀਕਲ ਹੁੰਦਾ। ਪਲਮਿਊਲ ਅਤੇ ਕੋਟਿਲੀਡਨਰੀ ਨੋਡ ਦੇ ਵਿਚਾਲੇ ਜਿਹੜਾ ਪਾਰਟ ਹੁੰਦਾ ਉਹਨੂੰ ਐਪੀਕੋਟਾਈਲ ਕਹਿੰਦੇ ਆ। ਕੋਟਾਈਲ ਮੀਨਸ ਕੋਟਿਲੀਡਨ, ਐਪੀ ਮੀਨਸ ਅਬਵ। ਇਹ ਉਹ ਪਾਰਟ ਜਿਹੜਾ ਕੋਟਿਲੀਡਨਰੀ ਨੋਡ ਦੇ ਉੱਪਰ ਆ ਉਹਨੂੰ ਆਪਾਂ ਕੀ ਕਹਿੰਦੇ, ਐਪੀਕੋਟਾਈਲ ਪਾਰਟ ਕਹਿ ਦਿੰਦੇ ਹਾਂ। ਆਹਲਾ ਪਾਰਟ ਜਿਹੜਾ ਰੈਡੀਕਲ ਅਤੇ ਕੋਟਿਲੀਡਨਰੀ ਨੋਡ ਦੇ ਵਿਚਾਲੇ ਉਹਨੂੰ ਆਪਾਂ ਹਾਈਪੋਕੋਟਾਈਲ ਕਹਿ ਦਿੰਦੇ ਹਾਂ। ਹਾਈਪੋ ਮੀਨਸ ਬਿਲੋ ਕੋਟਿਲੀਡਨ, ਕੋਟਿਲੀਡਨਰੀ ਨੋਡ। ਤਾਂ ਉਹ ਪਾਰਟ ਜਿਹੜਾ ਕੋਟਿਲੀਡਨਰੀ ਨੋਡ ਦੇ ਨੀਚੇ ਉਹਨੂੰ ਆਪਾਂ ਕੀ ਕਹਿ ਦਾਂਗੇ, ਹਾਈਪੋ ਕੋਟਿਲੀਡਨ। ਓਕੇ, ਤਾਂ ਇਹ ਸੀ ਸਟਰਕਚਰ ਆਫ ਡਾਈਕੋਟ ਸੀਡ। ਨੈਕਸਟ ਲੈਕਚਰ ਦੇ ਵਿੱਚ ਆਪਾਂ ਮੋਨੋਕੋਟ ਸੀਡ ਦੀ ਡਿਵੈਲਪਮੈਂਟ ਸਟਰਕਚਰ ਬਾਰੇ ਪੜ੍ਹਾਂਗੇ। ਥੈਂਕ ਯੂ।